ਇੱਕ ਟਰੱਕ ਦੇ ਵੱਲੋਂ 16 ਸਾਲ ਦੀ ਲੜਕੀ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਲੜਕੀ ਆਪਣੇ ਇੱਕ ਜਾਣਕਾਰ ਦੇ ਨਾਲ ਬਾਈਕ ਦੇ ਉੱਤੇ ਬੈਠ ਕੇ ਘਰ ਜਾ ਰਹੀ ਸੀ, ਪਰ ਜਿਵੇਂ ਹੀ ਇਹ ਘਰ ਜਾਣ ਲੱਗੀ ਤਾਂ ਰਸਤੇ ਦੇ ਵਿੱਚ ਇੱਕ ਇਹਨਾਂ ਤੋਂ ਅੱਗੇ ਜਾ ਰਹੇ ਬਾਈਕ ਨੇ ਸੜਕ ਦੇ ਵਿਚਾਲੇ ਹੀ ਬ੍ਰੇਕ ਮਾਰ ਦਿੱਤੀ, ਜਿਸ ਤੋਂ ਬਾਅਦ ਇਹਨਾਂ ਦਾ ਬਾਈਕ ਬੇਕਾਬੂ ਹੋ ਗਿਆ ਤੇ ਸੜਕ ਤੇ ਹੀ ਡਿੱਗ ਗਿਆ, ਜਿਸ ਤੋਂ ਬਾਅਦ ਸਾਹਮਣੇ ਤੋਂ ਆ ਰਹੇ ਟਰੱਕ ਨੇ ਲੜਕੀ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ। ਹਾਲਾਂਕਿ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੱਕ ਸੜਕ ਤੇ ਆਉਂਦਾ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਤੋਂ ਤੇ ਦੋ ਬਾਈਕ ਇਕੱਠੇ ਹੀ ਚੱਲਦੇ ਸੜਕ ਤੇ ਨਜ਼ਰ ਆ ਰਹੇ ਨੇ। ਹਾਲਾਂਕਿ ਜਿਵੇਂ ਹੀ ਇੱਕ ਬਾਈਕ ਇਹਨਾਂ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਟਰੱਕ ਦੇ ਨੇੜੇ ਪਹੁੰਚਿਆ ਤਾਂ ਅੱਗੇ ਵਾਲੇ ਨੇ ਬ੍ਰੇਕ ਮਾਰੀ, ਜਿਸ ਤੋਂ ਬਾਅਦ ਪਿਛਲਾ ਜੋ ਬਾਈਕ ਚੱਲ ਰਿਹਾ ਸੀ ਉਹ ਜਾ ਕੇ ਉਸਦੇ ਵਿੱਚ ਟਕਰਾ ਗਿਆ ਤੇ ਸੜਕ ਦੇ ਉੱਤੇ ਹੀ ਡਿੱਗ ਗਿਆ ਤੇ ਲੜਕੀ ਦੀ ਟਰੱਕ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਕਿ ਉਮਰ 16 ਸਾਲ ਦੀ ਦੱਸੀ ਜਾ ਰਹੀ ਹੈ। ਦੱਸਦੀ ਕਿ ਇਸ ਹਾਦਸੇ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਦੀਪਕ ਹੈ। ਹਾਂਜੀ, ਪਿੰਡ ਮੋਹ ਸਾਹਿਬ ਜੀ। ਜੀ, ਮੈਂ ਕੰਮ ਤੋਂ ਆ ਰਿਹਾ ਸੀਗਾ ਜੀ ਬਾਈਕ ਤੇ, ਤੇ ਫਲੋਰ ਮੈਨੂੰ ਟੱਕਰ ਵੀ ਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੇ ਮੈਨੂੰ ਛੱਡਿਆ ਬਈ, ਮੈਂ ਕਿਹਾ ਚਲੋ ਮੈਂ ਗੰਨੇ ਪਿੰਡ ਹੀ ਜਾਣਾ ਕੰਮ ਤੇ, ਮੈਂ ਤੈਨੂੰ ਉੱਥੇ ਉਤਾਰ ਦੂੰਗਾ, ਤੂੰ ਉੱਥੋਂ ਆਟੋ ਹੀ ਬਹਿ ਜੀ। ਮੈਂ ਉੱਥੇ ਗੰਨੇ ਪਿੰਡ ਜਾ ਰਿਹਾ ਸੀ, ਬਸ ਰਸਤੇ 'ਚ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਹਰੇ, ਜਿਹੜਾ ਮੇਰੇ ਮੂਹਰੇ ਜਾ ਰਿਹਾ ਸੀਗਾ, ਤੇ ਉਹਨੇ ਇੱਕਦਮ ਹੀ ਬ੍ਰੇਕ ਮਾਰਤੀ, ਮੈਂ ਉਹਨਾਂ ਦੇ ਵਿੱਚ ਲੱਗਾ ਮੋਟਰਸਾਈਕਲ 'ਚ, ਮੋਟਰਸਾਈਕਲ ਦੇ ਵਿੱਚ ਵੱਜ ਗਿਆ ਸੀ ਸਾਈਡ ਨੂੰ ਡੈਪੇ, ਸਾਈਡ ਨੂੰ ਡਿੱਗਿਆ ਫਿਰ ਟਰੱਕ ਉੱਪਰ ਚੜ੍ਹ ਗਿਆ। ਕੀ ਲੜਕੀ ਨੌਨ ਸੀ ਤੁਹਾਡੇ? ਹਾਂਜੀ, ਨੌਨ ਸੀ ਲੜਕੀ, ਵਾਕਫ ਸੀ, ਜਾਣਦੇ ਸੀ? ਜਾਣਦੇ ਸੀ। ਤੁਹਾਡੇ ਕੀ ਲੱਗਿਆ? ਮੇਰੇ ਤਾਂ ਗੁੱਟ ਦੇ ਲੱਗੇ ਬਸ। ਇੱਕ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਸਾਡੇ ਤੋਂ, ਇੱਕ ਸੀਗੀ ਕੁੜੀ ਜਿਹਦਾ ਨਾਮ ਸੀਗਾ ਮਨਦੀਪ ਕੌਰ, ਡਾਟਰ ਆਫ ਮੇਜਰ ਸਿੰਘ, 16-17 ਸਾਲ ਦੀ ਕੁੜੀ ਸੀਗੀ, ਉਹ ਬਰੋਡਡ ਸੀਗੀ। ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਗੰਨੇ ਪਿੰਡ ਕੋਲ ਲਾਗੇ, ਕੋਈ ਪੈਟਰੋਲ ਪੰਪ ਲਾਗੇ ਕੋਈ ਹੋਇਆ ਸੀ, ਅਤੇ ਉਹ ਤਾਂ ਬਰੋਡਡ ਸੀਗੇ ਕੁੜੀ ਜਿਹੜੀ ਸੀਗੀ। ਇੱਕ ਮੁੰਡਾ ਸੀਗਾ ਦੀਪਕ, ਉਹ ਵੀ ਮਾਊ ਸਾਹਿਬ ਤੋਂ ਹੀ ਆ ਮੁੰਡਾ, ਅਤੇ ਉਹਦੇ ਲੈਫਟ ਰਿਸਟ 'ਤੇ ਫ੍ਰੈਕਚਰ ਆ, ਉਹ ਠੀਕ ਆ, ਉਹਦੀ ਕੰਡੀਸ਼ਨ ਬਿਲਕੁਲ ਠੀਕ ਆ। ਸ਼ਿਵਾਜੀ, ਇੱਕ ਗੰਨਾ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ, ਕੀ ਕਾਰਨ ਦਾ ਐਕਸੀਡੈਂਟ ਹੈ, ਕੀ ਕੀ ਗੱਲਬਾਤ ਹੈ, ਕੀ ਨਾ ਪਤਾ? ਗੰਨੇ ਪਿੰਡ ਰੋਡ 'ਤੇ ਸੁਬਹ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ, ਅਤੇ ਟਰੱਕ ਦੇ ਥੱਲੇ ਆਉਣ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰਵੀਲੀ ਜਮ੍ਹਾਂ ਕਰਾਤੀ ਹੈ, ਅਤੇ ਜੋ ਵੀ ਉਹਦੇ ਪੇਰੈਂਟਸ ਹੋਣਗੇ ਉਹਨਾਂ ਦੇ ਬਿਆਨ ਲਿਖ ਕੇ ਤਾਂ ਅਸੀਂ ਕਾਰਵਾਈ ਕਰਾਂਗੇ। ਕਿੰਨੀ ਉਮਰ ਕਿੰਨੀ ਹੈ ਲੜਕੀ ਦੀ? ਲੜਕੀ ਦੀ ਉਮਰ ਦੇ ਬਾਰੇ ਵਰਗੇ 17-18 ਸਾਲ ਦੇ ਕਰੀਬ ਹੈਗੀ। ਕਾਰਨ ਕਿੱਦਾਂ ਹੋਇਆ ਹਾਦਸੇ ਦਾ? ਹਾਦਸੇ ਦੇ ਕਾਰਨਾਂ ਦਾ ਤਾਂ ਤਫਤੀਸ਼ ਕਰੂੰਗਾ ਮੈਂ, ਦੇਖੂੰਗਾ ਵੀ ਕੀ ਗੱਲ ਹੋਈ।